ਰੋਜ਼ੀ ਰੋਟੀ ਲਈ ਵਿਦੇਸ਼ਾਂ 'ਚ ਰੁੜਦੇ ਪੰਜਾਬੀ ਨੌਜਵਾਨਾਂ ਦੀ ਹੋਣੀ ਦੀ ਗਵਾਹੀ। ਕੁਝ ਹਫ਼ਤੇ ਪਹਿਲਾਂ ਇਰਾਕ ਤੋਂ ਪਰਤੇ ਦੁਆਬੇ ਦੇ 7 ਨੌਜਵਾਨ ਭਰਦੇ ਹਨ। ਸੁਨਹਿਰੇ ਭਵਿੱਖ ਦਾ ਸੁਪਨਾ ਲੈ ਕੇ ਇਰਾਕ ਗਏ ਇਹਨਾਂ ਮੁੰਡਿਆਂ ਨੂੰ ਏਜੰਟ ਟੂਰਿਸਟ ਵੀਜ਼ੇ ਉੱਤੇ ਲੈ ਗਿਆ ਅਤੇ 9 ਮਹੀਨੇ ਇਹਨਾਂ ਨੇ ਨਰਕ ਵਾਂਗ ਜ਼ਿੰਦਗੀ ਨੂੰ ਭੋਗਿਆ। ਸਾਡੇ ਪਿੰਡ ਦੇ ਤਕਰੀਬਨ 50% ਬਾਹਰ ਆ ਮੁੰਡੇ, ਹੈ ਨਾ। ਉਹਨਾਂ ਦੀ ਕੋਠੀਆਂ ਬਣੀਆਂ ਹੋਈਆਂ ਆ। ਸਾਨੂੰ ਵੀ, ਅਸੀਂ ਵੀ ਸਭ ਸੋਚਦੇ ਹਾਂ ਵੀ ਸਾਡੇ ਵੀ ਕੋਲ ਆਹ ਚੀਜ਼ਾਂ ਸਾਰਾ ਕੁਝ ਸਹੂਲਤ ਹੋਵੇ, ਵੀ ਆਪਣੀ ਮਿਹਨਤ ਦੀ ਹੋਵੇ। ਇਸ ਲਈ ਫਿਰ ਏਜੰਟ ਦਾ ਸਹਾਰਾ ਲੈਣਾ ਪੈਂਦਾ। ਏਜੰਟ ਫਿਰ ਸਾਡੇ ਨਾਲ ਹੋਇਆ, ਸਾਨੂੰ ਤਕਰੀਬਨ ਪਤਾ ਹੀ ਆ, ਅਸੀਂ ਫਰੋਡ ਸੀ, ਏਜੰਟ ਸਾਡਾ ਉਹਨੇ ਫਰੋਡ ਕੀਤਾ। 9 ਮਹੀਨੇ ਬੜੇ ਔਖੇ ਕੱਟੇ। ਏਜੰਟ ਵੱਲੋਂ ਪੈਸੇ ਲੈ ਕੇ ਭੱਜਣ ਅਤੇ ਕੰਮ ਨਾ ਦਵਾਉਣ ਕਰਕੇ ਇਹਨਾਂ ਨੂੰ 9 ਮਹੀਨੇ ਫਾਕੇ ਕੱਟਣੇ ਪਏ। ਇੱਕ ਕਮਰੇ ਵਿੱਚ ਰਹਿੰਦੇ ਰਹੇ ਅਤੇ ਕੁਝ ਦਿਨ ਤਾਂ ਇੱਕ ਕੌਲੀ ਚੌਲਾਂ ਦੀ ਖਾ ਕੇ ਗੁਜ਼ਾਰਾ ਕਰਦੇ ਰਹੇ। ਫਿਰ ਇਹਨਾਂ ਦਾ ਸੰਪਰਕ ਇਲਵਲ ਸ਼ਹਿਰ ਵੱਸਦੇ ਪੰਜਾਬੀ ਨੌਜਵਾਨ ਚਰਨਜੀਤ ਸਿੰਘ ਭਲਵਾਨ ਨਾਲ ਹੋਇਆ, ਜਿਸ ਨੇ ਇਹਨਾਂ ਨੂੰ 5 ਮਹੀਨੇ ਆਸਰਾ ਦਿੱਤਾ ਅਤੇ ਪੰਜਾਬ ਭੇਜਣ ਦਾ ਪ੍ਰਬੰਧ ਕਰਵਾਇਆ। ਮੁੰਡਾ ਇੱਕ ਅਦਨਾਨ ਦੇ ਨਾਲ ਤੇ ਇੱਕ ਇੰਡੀਆ ਦਾ ਹੀ, ਉਹ ਆਂਧਰਾ ਦਾ ਹੀ, ਸ਼ੇਖਰ ਉਸਦਾ ਨਾਮ ਹੈ, ਤੇ ਉਹਦੇ ਥਰੂ ਇਹਨਾਂ ਨੇ ਪੈਸੇ ਵੀ ਦਿੱਤੇ ਸੀ। ਉਹ ਤੋਂ ਪੈਸੇ ਲੈ ਕੇ ਗਿਆ ਭੱਜ, ਤੇ ਇਹਨਾਂ ਦੀ ਮੁੜ ਕੇ ਹੈਲਪ ਵੀ ਕਰਨੀ ਵਿਚਾਰਿਆਂ ਦੀ, ਰੋਟੀ ਪਾਣੀ ਤੋਂ ਤੰਗ ਹੋਏ ਸੀ। ਚਲੋ ਠੀਕ ਹੈ, ਜਿੱਥੋਂ ਵੀ ਹੋਇਆ ਕੋਈ ਦਿੰਦਾ ਸੀ ਰੋਟੀ ਪਾਣੀ, ਪਰ ਇਹ ਨਹੀਂ ਕਿ ਹਰ ਰੋਜ਼ ਕੋਈ ਦੇ ਦੇਵੇ, ਵਿਚਾਰੇ ਭੁੱਖੇ ਵੀ ਸੌਂਦੇ, ਇਹ ਚੀਜ਼ ਨਾ ਮੈਂ ਮੰਨਦਾ ਵਾਂ। ਤੇ ਮੁੜ ਕੇ ਹਾਰ ਕੇ ਮੇਰੇ ਕੋਲ ਆਈ, ਮੈਂ ਕਿਹਾ ਕਿਹੇ ਕੋਲੋਂ ਨੀ ਤੁਸੀਂ ਮੰਗਣੇ, ਜਿੰਨਾ ਤੱਕ ਮੈਂ ਹੈਗਾ ਵਾਂ। ਮੈਂ ਕਿਹਾ ਮੈਂ ਆ ਗਿਆ ਵਾਂ, ਤੇ ਮੈਂ ਕਿਹਾ ਮੈਂ 4 ਮਹੀਨੇ ਜੋ ਮੇਰੇ ਕੋਲੋਂ ਸਰਦਾ ਪਲਦਾ ਆਇਆ ਰੋਟੀ ਪਾਣੀ ਦਾ, ਮੈਂ ਸਭ ਕੁਛ ਇਹਨਾਂ ਨੂੰ ਦਿੱਤਾ। ਪੰਜਾਬ ਤੋਂ ਨੌਜਵਾਨੀ ਦਾ ਪ੍ਰਵਾਸ ਇੱਕ ਗੰਭੀਰ ਸਮੱਸਿਆ ਬਣ ਚੁੱਕਾ ਹੈ, ਜਿਸ ਦੀ ਨਿਸ਼ਾਨਦੇਹੀ ਪੰਜਾਬ ਸਰਕਾਰ ਵੀ ਕਰ ਰਹੀ ਹੈ। ਪੰਜਾਬ ਦੇ ਕਿਰਤ ਮੰਤਰੀ ਬਲਵੀਰ ਸਿੰਘ ਸਿੱਧੂ ਇਸ ਨਾਲ ਨਿਪਟਣ ਲਈ ਗੰਭੀਰ ਕਦਮ ਚੁੱਕਣ ਦੀ ਗੱਲ ਕਹਿ ਰਹੇ ਨੇ। ਉਹਨਾਂ ਨੂੰ ਇੱਦਾਂ ਲੱਗਦਾ ਕਿ ਬਾਹਰਲੇ ਮੁਲਕਾਂ 'ਚ ਜ਼ਿਆਦਾ ਸੌਖੇ ਹੈਗੇ ਆ, ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਡੀ ਸਰਕਾਰ ਇਸ ਗੱਲੋਂ ਬੜੀ ਚਿੰਤਤ ਹੈ ਕਿ ਜਿਹੜਾ ਨੌਜਵਾਨ ਬਾਹਰ ਜਾ ਰਿਹਾ ਉਹਨੂੰ ਅਸੀਂ ਰੋਕੀਏ, ਅਤੇ ਰੋਕ ਕੇ ਅਸੀਂ ਇੱਥੇ ਪੰਜਾਬ 'ਚ ਰੁਜ਼ਗਾਰ ਦੇ ਵੱਧ ਮੌਕੇ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਦੋਂ ਮੌਕੇ ਪੈਦਾ ਹੋਣ ਤਾਂ ਸ਼ਾਇਦ ਇਹ ਗੱਲ ਨੂੰ ਠੱਲ ਪਵੇਗੀ। ਦੇਖੋ, ਅਸੀਂ ਬਹੁਤ ਸਾਰੇ ਲੋਕਾਂ ਦੇ ਜਿਹੜੇ ਬੰਦੇ ਇਮੀਗ੍ਰੇਸ਼ਨ ਦੇ ਕਹਿੰਦਾ ਸਰਕਾਰ ਵੱਲੋਂ ਇਸ਼ਤਿਹਾਰ ਆਉਂਦੇ ਨੇ ਕਿ ਤੁਸੀਂ ਇਹਨਾਂ ਚੁੰਗਲ 'ਚ ਨਾ ਫਸੋ, ਲੇਕਿਨ ਅਸੀਂ ਉਹਨਾਂ ਦੇ ਬਹੁਤ ਸਾਰਿਆਂ ਦੇ ਪਰਚੇ ਵੀ ਕੀਤੇ ਨੇ, ਜਿਹੜੇ ਬੰਦੇ ਇੱਦਾਂ ਲੋਕਾਂ ਨਾਲ ਬਾਰਗੇਨਿੰਗ ਕਰਦੇ ਨੇ, ਲੁੱਟ ਖੁੱਟ ਕਰਦੇ, ਲੋਕਾਂ ਦੇ ਪਰਚੇ ਵੀ ਕੀਤੇ ਨੇ, ਪਰ ਕਈ ਲੋਕ ਹਾਲੇ ਵੀ ਅੰਦਰ ਖਾਤੇ। ਦੇਖੋ, ਬਹੁਤ ਵੱਡਾ ਮੁਲਕ ਹੈ, ਡੈਮੋਕ੍ਰੇਸੀ ਹੈ, ਲੋਕ ਇਹੋ ਜਿਹਾ ਕੰਮ ਕਰਦੇ ਨੇ। ਇਰਾਕ ਤੋਂ ਖੱਜਲ ਖੁਆਰ ਹੋਣ ਅਤੇ ਪੈਸੇ ਦਾ ਨੁਕਸਾਨ ਕਰਾ ਕੇ ਪਰਤੇ ਨੌਜਵਾਨ ਇਸ ਗੱਲ ਦਾ ਸ਼ੁਕਰ ਮਨਾ ਰਹੇ ਹਨ ਕਿ ਉਹ ਜਾਨ ਬਚਾ ਕੇ ਮੁੜ ਆਏ ਹਨ, ਪਰ ਨਾਲ ਹੀ ਪੰਜਾਬ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਜਾਅਲੀ ਏਜੰਟਾਂ ਨੂੰ ਨੱਥ ਪਾਉਣ ਦੇ ਨਾਲ ਨਾਲ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣ, ਤਾਂ ਜੋ ਨੌਜਵਾਨੀ ਨੂੰ ਵਿਦੇਸ਼ੀ ਧਰਤੀ ਉੱਤੇ ਰੁਲਣ ਤੋਂ ਬਚਾਇਆ ਜਾ ਸਕੇ।